ਪੰਜਾਬੀ ਰੇਡੀਓ ਯੂਐਸਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ਼ ਬੰਨੋ, ਦੱਸਣਗੇ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ। ਖਬਰਾਂ ਤੇ ਪਾਉਣਗੇ ਜੀ ਚਾਤ, ਆਪਾਂ ਕਰਦੇ ਜੀ ਉਹਨਾਂ ਦੇ ਨਾਲ ਗੱਲਬਾਤ। ਬਲਤੇਜ਼ ਬੰਨੋ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕਰ ਰਹੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਹੜੇ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ ਜੀ 4082722500 ਤੇ। ਗੁਰਦੀਪ ਸਿੰਘ ਜੀ ਬਿਰਦੀ ਕਲੋਬਸ ਤੋਂ, ਗੁਰਜੀਤ ਸਿੰਘ ਚਾਮਪੁਰ ਫਰੀਮਾਰ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸੰਗਰ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਆ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੌਂਸਰ ਕੀਤਾ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ 4082722500 ਤੇ। ਬਲਤੇਜ ਪੰਨੂ ਜੀ, ਆਪਾਂ ਗੱਲ ਕਰਦੇ ਹਾਂ ਪੰਜਾਬ ਤੋਂ ਸ਼ੁਰੂ ਕਰਦੇ ਹਾਂ ਕਿ ਜਿਸ ਤਰ੍ਹਾਂ ਬਾਦਲ ਤੇ ਬੱਦਲਾਂ ਨੇ ਵਕਤ ਪਾਇਆ ਪਿਆ ਕਿਸਾਨਾਂ ਨੂੰ, ਇਸੇ ਤਰ੍ਹਾਂ ਜਿਹੜੇ ਅੱਜ ਕੱਲ੍ਹ ਗੜੇ ਆ, ਗੜਿਆਂ ਦੇ ਨਾਲ ਜਿਹੜਾ ਨੁਕਸਾਨ ਹੋ ਰਿਹਾ ਕਣਕਾਂ ਦਾ, ਤੇ ਉਹਦੇ ਬਾਰੇ ਜ਼ਰੂਰ ਆਪਾਂ ਗੱਲਬਾਤ ਕਰਦੇ ਪਹਿਲਾਂ। ਇੱਕ ਵਾਰੀ ਫੇਰ ਜਿਹੜਾ ਮੌਸਮ ਆ ਜੀ ਉਹ ਕਹਿਰ ਬਣ ਕੇ ਟੁੱਟਿਆ ਜੀ ਜਿਹੜੇ ਕਿਸਾਨਾਂ ਦੇ ਉੱਤੇ। ਇੱਕ ਵਾਰੀ ਫੇਰ ਕੱਲ ਪਿਛਲੇ 24 ਘੰਟਿਆਂ ਦੇ ਦੌਰਾਨ ਬਹੁਤ ਭਾਰੀ ਮੀਂਹ ਤੇ ਗੜੇਮਾਰੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਹੋਈ ਹੈ ਜੀ। ਜਿਹੜੀ ਫਸਲ ਮੰਡੀਆਂ ਤੱਕ ਪਹੁੰਚੀ ਸੀ ਉਹ ਵੀ ਪਾਣੀ ਦੇ ਵਿੱਚ ਹੈ ਜੀ, ਤੇ ਜਿਹੜੀਆਂ ਭਰੀਆਂ ਬੰਨੀਆਂ ਪਈਆਂ ਨੇ ਜਾਂ ਜੇ ਖੜੀ ਫਸਲ ਹੈ ਜੀ ਉਹ ਵੀ ਪਾਣੀ ਦੇ ਵਿੱਚ ਆ ਗਈ ਹੈ। ਕੁਛ ਦਿਨਾਂ ਦੇ ਵਾਸਤੇ ਵਾਢੀ ਜਿਹੜੀ ਆ ਜੀ ਉਹ ਹੋਰ ਪਛੜ ਗਈ ਆ। ਪਹਿਲਾਂ ਹੀ ਇਸ ਵਾਰੀ ਮਾਰਚ ਮਹੀਨੇ ਦੇ ਵਿੱਚ ਤੇ ਅਪ੍ਰੈਲ ਦੇ ਵਿੱਚ ਜਿਹੜੇ ਪਏ ਮੀਂਹ ਸੀਗੇ ਉਹਨਾਂ ਨੇ ਫਸਲ ਦਾ ਕਾਫੀ ਨੁਕਸਾਨ ਜਿਹੜਾ ਜੀ ਉਹ ਕੀਤਾ, ਔਰ ਹੁਣ ਇਹ ਜਿਹੜਾ ਮੀਂਹ ਪਿਆ ਤੇ ਗੜੇ ਪਏ ਨੇ ਜੀ, ਇਹਦੇ ਨਾਲ ਕਿਸਾਨ ਜਿਹੜੇ ਨੇ ਇੱਕ ਵਾਰੀ ਫੇਰ ਮੁਸੀਬਤਾਂ ਦੇ ਵਿੱਚ ਘਿਰ ਗਏ ਨੇ। ਫਸਲ ਜਿਹੜੀ ਹੈ ਜੀ ਕਿਉਂਕਿ ਵੱਢ ਕੇ ਮੰਡੀ ਦੇ ਵਿੱਚ ਲੈ ਆਉਣੀ ਇਹ ਵੀ ਕੋਈ ਗਰੰਟੀ ਨਹੀਂ ਕਿ ਉੱਥੇ ਕਿੰਨੀ ਦੇਰ ਦੇ ਵਿੱਚ ਜਿਹੜੀ ਹੈ ਜੀ ਉਹ ਵਿਕ ਜਾਣੀ ਹੈ। ਜਿਹੜੀ ਆ ਰਹੀ ਆ ਉਹਦੇ ਖਰੀਦਣ ਦੇ ਵਿੱਚ ਉਹੀ ਸਮੱਸਿਆ ਜਿਹੜੀ ਅਕਾਲੀ ਸਰਕਾਰ ਦੇ ਟਾਈਮ ਹਰ ਸਾਲ ਆਉਂਦੀ ਹੈ ਉਹ ਆ ਰਹੀ ਹੈ। ਬਾਰਦਾਨਾ ਹੈ ਨੀਗਾ, ਇੰਸਪੈਕਟਰ ਜਿਹੜੇ ਉਹ ਨਹੀਂ ਆਉਂਦੇ, ਕੋਈ ਪ੍ਰਬੰਧ ਕਿਸਾਨਾਂ ਦੇ ਬੈਠਣ ਦਾ, ਫਸਲਾਂ ਨੂੰ ਜਿਹੜਾ ਜੀ ਸੰਭਾਲਣ ਦਾ ਹੈ ਨੀਗਾ, ਸ਼ੈੱਡ ਵਗੈਰਾ ਉਹ ਵਿਚਾਰੇ ਮੀਂਹ ਦੇ ਵਿੱਚ ਜਿਹੜਾ ਜੀ ਉਹ ਬੈਠੇ ਨੇ ਜੀ। ਇਸ ਵਾਰੀ FCI ਜਿਹੜੀ ਹੈ ਜੀ ਉਹਨੇ 50% ਕੱਟ ਜਿਹੜਾ ਜੀ ਉਹ ਲਾਤਾ ਇਸ ਫਸਲ ਖਰੀਦਣ ਦੇ ਉੱਤੇ। ਇਹਦਾ ਅਸਰ ਅਜੇ ਵੇਖਣ ਨੂੰ ਮਿਲਣਾ, ਪਰ ਉਹ ਤੋਂ ਪਹਿਲਾਂ ਜਿਹੜਾ ਬੱਦਲਾਂ ਦਾ ਅਸਰ ਆ ਜੀ ਉਹ ਬਾਦਲਾਂ ਦਾ ਅਸਰ ਬਾਅਦ ਚ ਹੋਊਗਾ ਜੀ, ਬੱਦਲਾਂ ਦਾ ਅਸਰ ਇਸ ਵੇਲੇ ਸਿੱਧਮ ਸਿੱਧਾ ਜਿਹੜਾ ਜੀ ਉਹ ਵੇਖਣ ਨੂੰ। ਕਈ ਦਿਨਾਂ ਤੱਕ ਵਾਢੀ ਜਿਹੜੀ ਹੈ ਜੀ ਹੋਰ ਪਛੜ ਜਾਣੀ ਆ, ਉਦੋਂ ਬਾਅਦ ਜਦੋਂ ਕੱਟ ਕੇ ਆਉਣੀ ਆ ਤੇ ਫਿਰ ਇੱਕ ਦਾਣਾ ਮੂੰਹ ਦੇ ਵਿੱਚ ਪਾ ਕੇ ਇੰਸਪੈਕਟਰ ਕਹਿੰਦਾ ਜੀ ਨਹੀਂ ਇਹਦੇ ਵਿੱਚ ਨਵੀਂ ਜਿਹੜੀ ਆ ਉਹ ਦਿਆਦੀ ਆ, ਇਸ ਕਰਕੇ ਇਹ ਖਰੀਦੀ ਨਹੀਂ ਜਾਣੀ। ਸੋ ਕਿਸਾਨ ਜਿਹੜੇ ਨੇ ਜੀ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਬੱਦਲ ਤੇ ਬਾਦਲਾਂ ਦੇ ਵਿਚਾਲੇ, ਤੋਪੜਾਂ ਦੇ ਵਿਚਾਲੇ ਜਿਹੜਾ ਜੀ ਇਸ ਵੇਲੇ ਪਿਸ ਰਹੇ ਨੇ। ਹਾਂਜੀ ਬਿਲਕੁਲ, ਤੇ ਅੱਗੇ ਆਪਾਂ ਗੱਲ ਕਰਦੇ ਜੀ ਨਰਿੰਦਰ ਮੋਦੀ ਦੀ, ਜਿਹੜੇ ਕਾਰਪੋਰੇਟ ਲੋਕਾਂ ਦਾ ਝੋਲਾ ਚੱਕੀ ਫਿਰਦੇ ਨੇ ਕਦੀ ਕਿਸੇ ਕੰਟਰੀ ਚ ਕਦੀ ਕਿਸੇ ਕੰਟਰੀ ਚ, ਤੇ ਅੱਜ ਕੱਲ ਉਹ ਕੈਨੇਡਾ ਦੇ ਵਿੱਚ ਨੇ ਜੀ, ਤੇ ਕੈਨੇਡਾ ਦੇ ਵਿੱਚ ਉਹ ਕਾਫੀ ਜਗ੍ਹਾ ਤੇ ਜਾ ਰਹੇ ਆ, ਤੇ ਉਸ ਦੀਆਂ ਕੀ ਖਬਰਾਂ ਨੇ ਪੰਜਾਬ ਦੇ ਵਿੱਚ? ਖਬਰਾਂ ਜਿਹੜੀਆਂ ਇੱਥੇ ਆ ਰਹੀਆਂ ਨੇ ਜੀ ਨੈਸ਼ਨਲ ਮੀਡੀਆ ਦੇ ਵਿੱਚ ਤਾਂ ਲੋੜ ਤੋਂ ਵੱਧ ਜਿਹੜਾ ਜੀ ਉਹ ਚੁੱਕਿਆ ਜਾ ਰਿਹਾ, ਜਿਵੇਂ ਤੁਸੀਂ ਇਸ ਪਾਸੇ ਵੱਲ ਇਸ਼ਾਰਾ ਕੀਤਾ। ਕਾਰਪੋਰੇਟ ਅਦਾਰੇ ਜਿਹੜੇ ਨੇ ਜੀ ਉਹਨਾਂ ਦੇ ਵਿਸ਼ਵ ਦੇ ਵਿੱਚ ਜੇ ਇਹ ਕਹੋ ਕਿ ਬੁਲਾਰੇ ਵਜੋਂ ਮਸ਼ਹੂਰ ਹੋਏ ਨੇ ਸਟੀਫਨ ਹਾਰਪਰ ਹੋਰੀ, ਜਿਹੜੇ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ, ਉਹ ਬੁਲਾਰੇ ਨੇ ਤੇ ਪਿਛਲੱਕ ਨੇ ਕਾਰਪੋਰੇਟ ਅਦਾਰਿਆਂ ਦੇ, ਜਿਨ੍ਹਾਂ ਕਾਰਪੋਰੇਟ ਅਦਾਰਿਆਂ ਨੇ ਨਰਿੰਦਰ ਮੋਦੀ ਹੋਰਾਂ ਨੂੰ ਬਣਾਇਆ ਇੱਥੋਂ ਤੱਕ, ਫਿਰ ਉਹਨਾਂ ਦਾ ਪ੍ਰੋਡਕਟ ਹੀ ਉਹਨਾਂ ਨੇ ਜਿਹੜਾ ਜੀ ਉਹ ਸੈੱਲ ਕਰਨਾ, ਉਹ ਸੈੱਲ ਕਰ ਰਹੇ ਨੇ। ਔਰ ਜਿਹੜੇ ਗੱਲ ਕਹੀ ਜਾ ਰਹੀ ਹੈ ਜੀ, ਇੱਕ ਤਾਂ ਇਹ ਪ੍ਰਚਾਰਿਆ ਜਾ ਰਿਹਾ, ਇਹ ਤਾਂ ਉਸੇ ਤਰੀਕੇ ਦਾ ਹੈ ਜੀ ਜਿਵੇਂ ਕੋਈ ਬੱਕਰੀ ਦਾ ਬੱਚਾ ਚੁੱਕੀ ਜਾਂਦਾ ਸੀ ਨਾ, ਉਹਨੂੰ ਵਾਰ ਵਾਰ ਕਿਹਾ ਕਿ ਕੁੱਤੇ ਦਾ ਬੱਚਾ, ਕੁੱਤੇ ਦਾ ਬੱਚਾ ਸਟਾਉਣ ਵਾਲੀ ਗੱਲ ਸੀਗੀ। 40 ਸਾਲ ਬਾਅਦ ਪਹਿਲਾਂ ਪ੍ਰਾਈਮ ਮਿਨਿਸਟਰ ਆਇਆ ਜੀ, 40 ਸਾਲ ਬਾਅਦ ਪਹਿਲਾਂ ਪ੍ਰਾਈਮ ਮਿਨਿਸਟਰ ਆਇਆ ਜਿਹੜੀ ਇੰਦਰਾ ਗਾਂਧੀ ਸੀ, ਉਦੋਂ ਬਾਅਦ ਇਹ ਆਉਣ ਵਾਲੇ ਪਹਿਲੇ ਪ੍ਰਾਈਮ ਮਿਨਿਸਟਰ ਨੇ, ਇਹ ਸੱਚਾਈ ਨਹੀਂ ਹੈ। ਡਾਕਟਰ ਮਨਮੋਹਨ ਸਿੰਘ ਹੋਰੀ ਕੈਨੇਡਾ ਦੇ ਵਿੱਚ G20 ਜਿਹੜਾ ਸੀਗਾ ਜੀ ਉਹਦੇ ਵਿੱਚ ਆ ਕੇ ਗਏ ਨੇ, ਉਹ ਟੋਰਾਂਟੋ ਦੇ ਵਿੱਚ ਕਈ ਸਮਾਗਮਾਂ ਦੇ ਵਿੱਚ ਵੀ ਗਏ ਸਨ, ਉੱਥੇ ਜਿਹੜੇ ਕਨਿਸ਼ਕ ਹਾਦਸੇ ਵਾਲੇ ਜਿਹੜੇ ਮਾਰੇ ਗਏ ਸਨ ਜੀ ਉਹਨਾਂ ਦੇ ਜਗ੍ਹਾ ਦੇ ਉੱਤੇ ਵੀ ਉਹ ਗਏ ਸਨ ਜੀ। ਇਹ ਤਾਂ ਸਾਰਾ ਕੁਛ ਨੈੱਟ ਦੇ ਉੱਤੇ ਵੀ ਪਿਆ, ਫਿਰ ਵੀ ਇਹ ਕਿਹਾ ਜਾ ਰਿਹਾ ਜੀ ਕਿ ਇਹ 40 ਸਾਲ ਬਾਅਦ ਜਿਹੜਾ ਕੈਨੇਡਾ ਦਾ ਦੌਰਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਨੇ। ਜਿਹੜਾ ਯੂਰੇਨੀਅਮ ਦੇ ਬਾਰੇ ਇਹਦੇ ਵਿੱਚ ਸਮਝੌਤਾ ਹੋਇਆ ਉਹਦੀ ਅਸਲੀਅਤ ਜਾਣੇ ਤੋਂ ਬਿਨਾਂ ਜਿਹੜਾ ਮੀਡੀਆ ਨਾਲ ਦੀ ਉਹ ਕਹੀ ਜਾ ਰਿਹਾ ਜੀ ਕਿ ਨਰਿੰਦਰ ਮੋਦੀ ਹੋਰਾਂ ਨੇ ਸਮਝੌਤਾ ਸਾਈਨ ਕੀਤਾ, ਜਦੋਂ ਕਿ ਇਹ ਮੈਚੋਰ ਹੋਣ ਹੋਇਆ ਇਹ ਸਮਝੌਤਾ ਜਿਹੜਾ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਸਮੇਂ ਤੋਂ ਹੀ ਜਿਹੜਾ ਜੀ ਅੰਦਰ ਪ੍ਰੋਸੈਸ ਸੀਗਾ ਜੀ। ਹਾਂ ਇਹਨਾਂ ਹੈ ਕਿ ਹੁਣ ਸਾਈਨ ਜਿਹੜੇ ਨੇ ਉਹ ਨਰਿੰਦਰ ਮੋਦੀ ਹੋਰਾਂ ਨੇ ਕੀਤੇ ਨੇ। ਸੋ ਜੋ ਕੁਛ ਵੀ ਪਹਿਲਾਂ ਹੁੰਦਾ ਰਿਹਾ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਟਾਈਮ, ਇਸ ਵੇਲੇ ਭਨਾ ਉਹਨੂੰ ਜਿਹੜਾ ਜੀ ਉਹ ਨਰਿੰਦਰ ਮੋਦੀ ਹੋਰੀ ਰਹੇ ਨੇ। ਰੌਲਾ ਰੱਪਾ ਜਿਹੜਾ ਜੀ ਉਹ ਪਾਇਆ ਜਾ ਰਿਹਾ ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਨਮੋ ਨਮੋ
ਹੁੰਦਾ ਸੀਗਾ ਇਲੈਕਸ਼ਨਾਂ ਦੇ ਦੌਰਾਨ, ਹੁਣ ਜਿਹੜਾ ਜੀ ਇਹ ਆਫਟਰ ਇਲੈਕਸ਼ਨ ਜਿਹੜਾ ਹੋਈ ਜਾ ਰਿਹਾ, ਕਿਸੇ ਨੇ ਕੱਲ ਪੁੱਛਿਆ ਸੀਗਾ ਜੀ ਮਤਲਬ ਕਿ ਵੀ ਕਿੰਨਾ ਕੁ ਅਸਰ ਜਿਹੜਾ ਜੀ ਇੱਥੇ ਉਹਦਾ, ਮੈਂ ਕਿਹਾ ਜੀ ਇੱਥੇ ਤਾਂ ਇੱਕ ਕਹਾਵਤ ਬੜੀ ਮਸ਼ਹੂਰ ਹੈ, ਕਿਸੇ ਟਾਈਮ ਨੇਤਾ ਜੀ ਸੁਭਾਸ਼ ਚੰਦਰ ਬੋਸ ਹੋਰਾਂ ਨੇ ਇੱਕ ਨਾਰਾ ਦਿੱਤਾ ਸੀਗਾ ਕਿ ਤੁਮ ਮੁਝੇ ਖੂਨ ਦੋ ਮੈਂ ਤੁਮੇ ਆਜ਼ਾਦੀ ਦੂੰਗਾ, ਕਿ ਅੱਜ ਕੱਲ ਮੋਦੀ ਸਾਹਿਬ ਦੇ ਬਾਰੇ ਦੇ ਵਿੱਚ ਬੜਾ ਇੱਥੇ ਇੱਕ ਨਾਰਾ ਘੁੰਮਦਾ ਜੀ ਕਿ ਤੁਮ ਮੁਝੇ ਵੋਟ ਦੋ ਮੈਂ ਤੁਮੇ ਭਾਸ਼ਣ ਦੂੰਗਾ। ਹਾਂ ਜੀ ਬਿਲਕੁਲ, ਭਾਸ਼ਣ ਵੀ ਇਕੱਲਾ ਹੀ ਦਊਂਗਾ, ਕੋਈ ਪ੍ਰੈਸ ਰਿਪੋਰਟਰ ਨੂੰ ਜਵਾਬ ਨਹੀਂ ਦਊਂਗਾ। ਇਹੋ ਜਿਹੀਆਂ ਗੱਲਾਂ ਹੋ ਰਹੀਆਂ। ਤੇ ਅੱਗੇ ਜੀ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਕੋਈ ਵੀ ਅਪਰਾਧੀ ਅਪਰਾਧ ਕਰਦਾ ਤਾਂ ਉਹਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਜਾਂਦਾ, ਪਰ ਹੁਣ ਇੱਕ ਨਵੀਂ ਗੱਲ ਆ ਕਿ ਬਠਿੰਡਾ ਜੇਲ੍ਹ ਦੇ ਅੰਦਰ 20 ਗੋਲੀਆਂ ਚੱਲ ਰਹੀਆਂ ਆ ਇੱਕ ਦੂਸਰੇ ਦੇ ਉੱਪਰ। ਕੁਲਬੀਰ ਨਰੂਆਣਾ ਨੇ ਗੋਲੀ ਚਲਾਈ ਹੈ ਜੀ। ਮੈਂ ਦੱਸਦਾ ਕਿ ਕੁਲਬੀਰ ਨਰੂਆਣਾ ਉਹ ਹੀਰਾ ਜੀ ਜਿਹਨੂੰ ਜਿਹੜੇ ਲੱਭ ਕੇ ਲਿਆਏ ਸੀਗੇ ਵਿਕਰਮ ਸਿੰਘ ਮਜੀਠੀਆ ਹੋਰੀ ਕਾਂਗਰਸ ਦੇ ਵਿੱਚੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ। ਉਹ ਅਕਾਲੀ ਦਲ ਦੇ ਵਿੱਚ ਬਕਾਇਦਾ ਉਹਨੂੰ ਸਰੋਪਾ ਪਾ ਕੇ ਉਹਨਾਂ ਨੇ ਲਿਆਂਦਾ ਸੀਗਾ, ਤੇ ਉਹਨੇ ਕਾਫੀ ਕੰਮ ਜਿਹੜਾ ਜੀ ਉਹ ਵਿਧਾਨ ਸਭਾ ਚੋਣਾਂ ਦੇ ਦੌਰਾਨ ਕੀਤਾ ਹੈ। ਗੈਂਗਸਟਰ ਕੀ ਕੰਮ ਕਰ ਸਕਦਾ ਦੱਸਣ ਦੀ ਜ਼ਰੂਰਤ ਨਹੀਂ ਹੈ। ਕੁਲਬੀਰ ਸਿੰਘ ਨਰੂਆਣਾ ਪਿਛਲੇ ਕੁਝ ਸਮੇਂ ਤੋਂ ਵੱਖ ਵੱਖ ਕੇਸਾਂ ਦੇ ਤਹਿਤ ਬਠਿੰਡੇ ਦੀ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਬੰਦ ਹੈ। ਹੁਣ ਇਹਨੇ ਇੱਕ ਨਵਾਂ ਮਾਰਕਾ ਉੱਥੇ ਇਹ ਮਾਰਿਆ ਜੀ ਕਿ 20 ਦਿਨ ਪਹਿਲਾਂ ਇਹ ਕਿਹਾ ਜਾਂਦਾ ਕਿ ਇੱਕ ਦੇਸੀ ਪਿਸਤੌਲ ਜਿਹੜਾ ਜੀ ਉਹ ਜੇਲ੍ਹ ਦੇ ਅੰਦਰ ਪਹੁੰਚਿਆ। ਜੇਲ੍ਹ ਦੇ ਅਧਿਕਾਰੀ ਜਿਹੜੇ ਨੇ ਆਪਣਾ ਪੱਲਾ ਕੁਛ ਇਸ ਤਰੀਕੇ ਨਾਲ ਛੁਡਾ ਰਹੇ ਨੇ ਜੀ, ਕੰਧ ਦੇ ਉੱਤੋਂ ਜਿਹੜਾ ਜੀ ਉਹ ਸੁੱਟ ਗਿਆ। ਉਸ ਟਾਈਮ ਸੁੱਟਿਆ ਗਿਆ ਜਦੋਂ ਕੁਲਬੀਰ ਨਰੂਆਣਾ ਜਿਹੜਾ ਉਹ ਫੋਨ ਦੇ ਉੱਤੇ ਨਾਲ ਸੀਗਾ ਤੇ ਬਾਹਰੋਂ ਉਹਨੂੰ ਇਸ਼ਾਰਾ ਕਰਕੇ ਜਿਹੜਾ ਸੀਗਾ ਇਹ ਪਿਸਟਲ ਅੰਦਰ ਸੁੱਟਿਆ ਗਿਆ। ਹੁਣ ਫੋਨ ਉਹਦੇ ਕੋਲੇ ਕਿੱਥੋਂ ਆਇਆ ਅੰਦਰ? ਉਹ ਫੇਸਬੁੱਕ ਦੇ ਉੱਤੇ ਪਿਛਲੇ ਕੁਛ ਦਿਨਾਂ ਤੋਂ ਆਪਣੀਆਂ ਫੋਟੋਆਂ ਜਿਹੜੀਆਂ ਉਹ ਅਪਲੋਡ ਕਰਦਾ ਸੀਗਾ। ਅਜੇ ਤੱਕ ਜੇਲ੍ਹ ਅਧਿਕਾਰੀਆਂ ਨੂੰ ਉਹ ਫੋਨ ਨਹੀਂ ਲੱਭਿਆ ਜਿਹਦੇ ਰਾਹੀਂ ਉਹ ਫੋਟੋਆਂ ਅਪਲੋਡ ਕਰਦਾ ਸੀਗਾ ਤੇ ਆਪਣਾ ਅਕਾਊਂਟ ਜਿਹੜਾ ਸੀਗਾ ਜੀ ਉਹਨੂੰ ਉਹ ਅਪਲੋਡ ਕਰ ਰਿਹਾ ਸੀਗਾ। ਹੁਣ ਕੁਲਬੀਰ ਸਿੰਘ ਨਰੂਆਣਾ ਨੇ ਜੇਲ੍ਹ ਦੇ ਅੰਦਰ ਜਿਹੜੀ ਹੈ ਜੀ ਫਾਇਰਿੰਗ ਕਰਤੀ ਆ ਔਰ ਇੱਕ ਵਿਅਕਤੀ ਜਿਹੜਾ ਜੀ ਉਹਨੂੰ ਜ਼ਖਮੀ ਜਿਹੜਾ ਜੀ ਉਹ ਕਰਤਾ। ਇਹ ਦੂਜੇ ਧੜੇ ਦਾ ਜਿਹੜਾ ਜੀ ਹੈਗਾ ਜੀ ਗੁਰਦੀਪ ਸਿੰਘ ਜਿਹਦੇ ਉੱਤੇ ਗੋਲੀ ਮਾਣਾ ਗੁਰਦੀਪ ਸਿੰਘ ਮਾਣਾ ਜਿਹਦੇ ਉੱਤੇ ਗੋਲੀ ਚਲਾਈ ਹੈ ਜੀ ਇਹ ਮਹਿਲ ਕਲਾਂ ਦਾ ਰਹਿਣ ਵਾਲਾ। ਇੱਕ ਫਾਇਰ ਸਿੱਧਾ ਜਿਹੜਾ ਮਾਣੇ ਦੇ ਢਿੱਡ ਦੇ ਵਿੱਚ ਲੱਗਿਆ ਜੀ, ਦੂਜਾ ਉਹਦੇ ਉੱਤੋਂ ਦੀ ਲੰਘ ਗਿਆ। ਪੁਲਿਸ ਨੇ ਹਥਿਆਰ ਤੇ ਕਾਰਤੂਸ ਜਿਹੜੇ ਉਹ ਬਰਾਮਦ ਜਿਹੜੇ ਨੇ ਉਹ ਕੀਤੇ ਨੇ। ਇਹ ਪਤਾ ਲੱਗਿਆ ਜੀ ਕਿ ਜਿਹੜਾ ਗੁਰਦੀਪ ਸਿੰਘ ਮਾਣਾ ਉਹਦੀ ਹਾਲਤ ਗੰਭੀਰ ਹੈ ਜਿਹਦੇ ਕਰਕੇ ਉਹਨੂੰ ਫਰੀਦਕੋਟ ਰੈਫਰ ਜਿਹੜਾ ਜੀ ਉਹ ਕੀਤਾ ਗਿਆ। ਗੈਂਗਸਟਰ ਕੁਲਬੀਰ ਸਿੰਘ ਨਰਵਾਣਾ ਨੂੰ 12 ਜਨਵਰੀ ਨੂੰ ਮੁਨਸ਼ੀ ਦੇ ਉੱਤੇ ਉਹਨੇ ਹਮਲਾ ਕਰਤਾ ਸੀਗਾ। ਤੁਹਾਨੂੰ ਯਾਦ ਹੋਣਾ ਕਿ ਇੱਕ NRI ਦੀ ਕੋਠੀ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਸਨ ਜੀ। ਜਦੋਂ ਉੱਥੋਂ ਉਹ ਭੱਜੇ ਜੀ ਇਹਦੇ ਮੂਹਰੇ ਲੱਗ ਕੇ ਥਾਣੇ ਵੜ ਗਏ, ਥਾਣੇ ਜਾ ਕੇ ਇਹਨੇ ਥਾਣੇ ਦੇ ਉੱਤੇ ਹਮਲਾ ਕਰਤਾ ਸੀਗਾ। ਉਦੋਂ ਇਹਦੀ ਕੁਲਬੀਰ ਨਰੂਆਣਾ ਦੀ ਗ੍ਰਿਫਤਾਰੀ ਜਿਹੜੀ ਹੋਈ ਸੀਗੀ। ਗੁਰਦੀਪ ਸਿੰਘ ਮਾਣਾ ਜਿਹੜਾ ਉਹ ਵੀ ਗੈਂਗਸਟਰ ਹੈ ਜੀ ਔਰ ਉਹ ਵੀ 3 ਸਾਲ ਦੀ ਸਜ਼ਾ ਜਿਹੜੀ ਆ ਉਹ ਭੁਗਤ ਰਿਹਾ। ਇਹ ਗੁਰਪ੍ਰੀਤ ਸਿੰਘ ਸੇਖੋਂ ਦੇ ਗੈਂਗ ਦੇ ਵਿੱਚ ਹੈ ਇਸ ਵੇਲੇ ਗੁਰਦੀਪ ਸਿੰਘ ਮਾਣਾ ਜਿਹੜਾ ਜੀ। ਇੱਕ ਹਫ਼ਤੇ ਤੋਂ ਇਹਨਾਂ ਦੇ ਵਿਚਾਲੇ ਜਿਹੜੀ ਟਸਲ ਚੱਲ ਰਹੀ ਸੀਗੀ। ਇਹਨਾਂ ਦਾ ਇੱਕ ਬੰਦਾ ਵਿਕਾਸ ਮੋਟਾ ਸੇਖੋਂ ਗਰੁੱਪ ਦਾ ਜਿਹੜਾ ਜੀ ਉਹ ਪੇਸ਼ੀ ਭੁਗਤਣ ਗਿਆ ਸੀਗਾ, ਉਹਦੀ ਕੁੱਟਮਾਰ ਜਿਹੜੀ ਹੋ ਗਈ। ਉਦੋਂ ਕੁੱਟਮਾਰ ਤੋਂ ਬਾਅਦ ਜਿਹੜੀ ਸੀਗੀ ਜੀ ਇਹ ਜੇਲ੍ਹ ਦੇ ਅੰਦਰ ਟੈਂਸ਼ਨ ਜਿਹੜੀ ਹੈ ਜੀ ਉਹ ਵੱਧ ਗਈ। ਹੁਣ ਜਿਹੜੇ ਗੈਂਗਸਟਰ ਨੇ ਇਹਨਾਂ ਨੂੰ ਵੱਖੋ ਵੱਖਰੀਆਂ ਜੇਲ੍ਹਾਂ ਦੇ ਵਿੱਚ ਕੀਤਾ ਗਿਆ। ਅੱਜ ਤੱਕ ਸਵਾਲ ਇਹ ਉੱਠਦਾ ਸੀਗਾ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸ਼ਰੇਆਮ ਜਿਹੜਾ ਨਸ਼ੇ ਦੀ ਸਪਲਾਈ ਹੁੰਦੀ ਹੈ। ਸੋ ਹੁਣ ਜਿਹੜੀਆਂ ਪੰਜਾਬ ਦੀਆਂ ਜੇਲ੍ਹਾਂ ਉਹ ਤਰੱਕੀ ਕਰ ਗਈਆਂ ਨੇ ਜੀ, ਨਸ਼ੇ ਦੀ ਸਪਲਾਈ ਨਹੀਂ ਬਲਕਿ ਹਥਿਆਰਾਂ ਦੀ ਸਪਲਾਈ ਵੀ ਜਿਹੜੀ ਹੈ ਜੀ ਉਹ ਖੁੱਲ੍ਹਮ ਖੁੱਲ੍ਹੀ ਹੋ ਰਹੀ ਹੈ ਤੇ ਗੈਂਗਸਟਰ ਜਿਹੜੇ ਨੇ ਉਹ ਇਹਨਾਂ ਹਥਿਆਰਾਂ ਦੀ ਵਰਤੋਂ ਵੀ ਖੁੱਲ੍ਹ ਕੇ ਕਰ ਰਹੇ ਨੇ। ਹਾਂਜੀ ਬਿਲਕੁਲ, ਉਹ ਵੀ ਜੇਲ੍ਹ ਦੇ ਅੰਦਰ। ਤੇ ਅੱਗੇ ਆਪਾਂ ਗੱਲ ਕਰੀਏ ਕਿ ਰਾਹੁਲ ਗਾਂਧੀ ਆ ਉਹ ਕਾਫੀ ਟਾਈਮ ਤੋਂ ਗੁਆਚੇ ਹੋਏ ਸੀ, ਉਹਨਾਂ ਦੀ ਘਰ ਵਾਪਸੀ ਹੋ ਗਈ। ਜੀ ਬਿਲਕੁਲ, ਜਾਨ ਬਚੀ ਸੋ ਲਾਖੋ ਪਾਏ ਜੀ, ਲੌਟ ਕੇ ਰਾਹੁਲ ਦਿੱਲੀ ਆਏ। ਸੋ ਉਹ ਕਾਫੀ ਤਕਰੀਬਨ ਦੀ 59 ਦਿਨ ਤੋਂ ਬਾਅਦ ਜਿਹੜਾ ਜੀ ਇੱਥੇ ਵਾਪਸ ਪਰਤ ਆਏ ਰਹੇ ਔਰ ਉਹਨਾਂ ਦੀ ਵਾਪਸੀ ਨੂੰ ਲੈ ਕੇ ਜਿਹੜਾ ਜੀ ਇਸ ਵੇਲੇ ਵੱਖ ਵੱਖ ਚੈਨਲਾਂ ਦੇ ਉੱਤੇ ਕਾਫੀ ਬਹਿਸ ਜਿਹੜੀ ਆ ਜੀ ਉਹ ਹੋ ਰਹੀ ਹੈ। ਰਾਹੁਲ ਗਾਂਧੀ ਦੀ ਗੈਰ ਹਾਜ਼ਰੀ ਦੇ ਦੌਰਾਨ ਜਿਹੜਾ ਜੀ ਇੱਥੇ ਲੈਂਡ ਬਿੱਲ ਜਿਹੜਾ ਸੀਗਾ ਉਹ ਆਇਆ, ਉਹਦਾ ਵਿਰੋਧ ਵੀ ਜਿਹੜਾ ਜੀ ਉਹ ਹੁੰਦਾ ਰਿਹਾ। ਹੁਣ ਕਾਂਗਰਸ ਨੇ ਆਗੂਆਂ ਨੂੰ ਬਿਆਨਬਾਜ਼ੀ ਤੋਂ ਵਰਜ ਦਿੱਤਾ ਕਿ ਉਹ ਕੋਈ ਬਿਆਨਬਾਜ਼ੀ ਜਿਹੜੀ ਹੈ ਜੀ ਰਾਹੁਲ ਗਾਂਧੀ ਦੇ ਬਾਰੇ ਦੇ ਵਿੱਚ ਆਉਣ ਜਾਂ ਜਾਣ ਦੇ ਸੰਬੰਧ ਦੇ ਵਿੱਚ ਨਹੀਂ ਕਰਨਗੇ। ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹ ਚੁਟਕੀਆਂ ਇਹਦੇ ਉੱਤੇ ਜ਼ਰੂਰ ਲੈ ਰਹੀ ਹੈ। ਉਹ ਇਹ ਕਹਿ ਰਹੀ ਹੈ ਕਿ ਰਾਹੁਲ ਗਾਂਧੀ ਹੋਰੀ ਸਪਸ਼ਟ ਕਰਨ ਕਿ ਉਹਨਾਂ ਨੇ ਕਿ ਪਾਰਟ ਟਾਈਮ ਰਾਜਨੀਤੀ ਕਰਨੀ ਹੈ ਜਾਂ ਫੁੱਲ ਟਾਈਮ। ਉਹਨਾਂ ਨੇ ਕਿਹਾ ਕਿ ਜੇ ਪਾਰਟ ਟਾਈਮ ਕਰਨੀ ਹੈ ਤਾਂ ਫਿਰ ਉਹ ਰਾਜਨੀਤੀ ਤੋਂ ਪਾਸੇ ਜਿਹੜਾ ਜੀ ਉਹ ਹੋ ਜਾਣ। ਜਿਹੜਾ ਸੋਸ਼ਲ ਨੈਟਵਰਕ ਸਾਈਟ ਨੇ ਜੀ ਉਹਦੇ ਉੱਤੇ ਕਈ ਤਰ੍ਹਾਂ ਦੇ ਚੁਟਕਲੇ ਜਿਹੜੇ ਨੇ ਜੀ ਉਹ ਚੱਲ ਰਹੇ ਨੇ। ਇੱਕ ਜਿਹੜਾ ਜੀ ਟਵੀਟ ਕੱਲ ਆਇਆ ਸੀਗਾ ਕਿ ਰਾਹੁਲ ਗਾਂਧੀ ਹੋਰਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਕਾਂਗਰਸ ਨੂੰ ਹੁਣ ਨੈਸ਼ਨਲ ਹੋਲੀਡੇ ਦਾ ਜਿਹੜਾ ਜੀ ਉਹ ਐਲਾਨ ਕਰਨਾ ਚਾਹੀਦਾ ਜੀ। ਸੋ ਇਸ ਕਿਸਮ ਦੇ ਜਿਹੜੇ ਟਵੀਟ ਨੇ ਉਹ ਆ ਰਹੇ ਸਨ ਜੀ। ਕਿਸੇ ਨੇ ਕਿਹਾ ਜੀ ਕਿ IIM ਤੋਂ ਉਹ ਡਿਗਰੀ ਜਿਹੜੀ ਹੈ ਜੀ ਉਹ ਸਿਆਸਤ ਦੀ ਕਰਕੇ ਆਏ ਨੇ।
ਤੇ ਕਿਸੇ ਨੇ ਇਹ ਵੀ ਕਿਹਾ ਨੀ ਕਿ ਹੁਣ ਉਹ ਬੱਚੇ ਨਹੀਂ ਰਹੇ ਕਿਉਂਕਿ 59 ਦਿਨ ਦੀ ਛੁੱਟੀ ਕੱਟ ਕੇ ਆਏ ਨੇ। ਇੱਕ ਟਵੀਟ ਇਹ ਵੀ ਆਇਆ ਕਿ 3 ਤਰੀਕਾਂ ਜਿਹੜੀਆਂ 3 ਅੱਖਰ ਜਿਹੜੇ ਬੜੇ ਫੇਮਸ ਹੋ ਗਏ, ਇੱਕ ਤਾਂ 49 ਦਿਨ ਦੀ ਸਰਕਾਰ, ਦੂਜਾ 56 ਇੰਚ ਦਾ ਸੀਨਾ ਤੇ ਤੀਜੀ 59 ਦਿਨ ਦੀ ਛੁੱਟੀ। ਜੀ ਜੀ ਬਿਲਕੁਲ। ਅਤੇ ਜੇ ਅੱਗੇ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਲਗਾਤਾਰ ਇੱਜ਼ਤ ਖਾਤਰ ਜਿਹੜੀ ਕਤਲ ਆ ਉਹ ਅਜੇ ਵੀ ਹੋ ਰਹੇ ਆ। ਇਹ ਸੋ ਕਾਲਡ ਇੱਜ਼ਤ ਦੀ ਖਾਤਰ ਜਿਹੜੇ ਹੋਣ ਵਾਲੇ ਕਤਲ ਨੇ ਜੀ, ਨਿਰੰਤਰ ਜਿਹੜੇ ਉਹ ਹੋ ਰਹੇ ਨੇ। ਇੱਕ ਕੱਲ ਜਿਹੜਾ ਕਤਲ ਸੀਗਾ ਜੀ, ਉਹ ਮੋਗੇ ਦੇ ਬੱਧਣੀ ਦੇ ਕੋਲ ਜਿਹੜਾ ਹੋਇਆ ਸੀਗਾ, ਜਿਹਨੇ ਘਰੋਂ ਭੱਜ ਕੇ ਵਿਆਹ ਕਰਾ ਲਿਆ ਸੀਗਾ ਜੀ ਕੁੜੀ ਦੇ ਮਾਪਿਆਂ ਦੇ ਅਗੇਂਸਟ। ਉਹ ਕੁਛ ਦਿਨ ਪਹਿਲਾਂ ਆਇਆ ਸੀਗਾ ਇੱਥੇ ਪਿੰਡ ਦੇ ਵਿੱਚ ਹੀ, ਤੇ ਉਹਦਾ ਜਿਹੜਾ ਦਿਨ ਦਿਹਾੜੇ ਕਤਲ ਸੀਗਾ ਜੀ ਉਹ ਕਰ ਦਿੱਤਾ ਗਿਆ ਸੀਗਾ। ਹੁਣ ਇਹ ਦੂਸਰਾ ਕਤਲ ਦੂਸਰੇ ਦਿਨ ਜਿਹੜਾ ਜੀ ਇਹ ਹੋਇਆ, ਸਰਦੂਲਗੜ੍ਹ ਦੇ ਫੱਤਾ ਮਲੋਪ ਦੇ ਵਿੱਚ ਇਹ ਦਿਨ ਦਿਹਾੜੇ ਜਿਹੜਾ ਜੀ ਮਾਨਸਾ ਸਰਦੂਲਗੜ੍ਹ ਸੜਕ ਦੇ ਉੱਤੇ ਪੈਂਦੇ ਪੈਟਰੋਲ ਪੰਪ ਦੇ ਸਾਹਮਣੇ, ਜਿੱਥੇ ਕਿ ਸੜਕ ਬਹੁਤ ਚੱਲਦੀ ਹੈ ਜੀ, ਉੱਥੇ ਕਤਲ ਕਰ ਦਿੱਤਾ ਗਿਆ। ਜਿਹੜੇ ਮ੍ਰਿਤਕਾਂ ਦਾ ਪਤੀ ਗੁਰਪ੍ਰੀਤ ਸਿੰਘ ਆ, ਉਹਨੇ ਪੁਲਿਸ ਦੇ ਕੋਲੇ ਦੱਸਿਆ ਕਿ ਬਲੈਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਜਿਹੜੇ ਕੁਛ ਵਿਅਕਤੀ ਸਨ ਜੀ, ਉਹਨਾਂ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਡਿੱਗਿਆ, ਫਿਰ ਪਿਸਤੌਲ ਦੇ ਨਾਲ ਸਿਮਰਜੀਤ ਕੌਰ ਨੂੰ 2 ਗੋਲੀਆਂ ਮਾਰੀਆਂ ਗਈਆਂ, ਜਿਹਦੀ ਮੌਕੇ ਦੇ ਉੱਤੇ ਹੀ ਮੌਤ ਜਿਹੜੀ ਉਹ ਹੋ ਗਈ। ਜਿਹੜੇ ਹਮਲਾਵਰ ਸੀਗੇ ਉਹਨਾਂ ਨੇ ਉਹਦੇ ਸਿਰ ਦੇ ਉੱਤੇ ਵਾਰ ਕੀਤਾ, ਪਰ ਕਿਉਂਕਿ ਮੁੱਖ ਸੜਕ ਦੀ ਆਵਾਜਾਈ ਰੁਕ ਗਈ ਜਿਹਦੇ ਕਰਕੇ ਲੋਕ ਉਤਰ ਕੇ ਆ ਗਏ, ਤੇ ਹਮਲਾਵਰ ਜਿਹੜੇ ਸੀਗੇ ਉਹ ਗੱਡੀ ਲੈ ਕੇ ਭੱਜ ਗਏ ਜੀ। ਇਹ ਪਤਾ ਲੱਗਿਆ ਕਿ ਜਿਹੜੇ 7 ਵਿਅਕਤੀਆਂ ਦੇ ਖਿਲਾਫ਼ ਪਰਚਾ ਜਿਹੜਾ ਜੀ ਉਹ ਦਰਜ ਕੀਤਾ ਗਿਆ। ਸਿਮਰਜੀਤ ਕੌਰ ਜਿਹੜੀ ਸਰਦੂਲਗੜ੍ਹ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਟੀਚਰ ਸੀਗੀ, ਜਿਹੜੇ ਰੱਖੇ ਹੋਏ ਨੇ ਠੇਕੇ ਦੇ ਉੱਤੇ। ਉਹਦਾ ਜਿਹੜਾ ਗੁਰਪਿਆਰ ਸਿੰਘ ਸਰਦੂਲਗੜ੍ਹ ਦੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਜਿਹੜਾ ਟੀਚਰ ਸੀਗਾ ਜੀ, ਉਹਦੇ ਨਾਲ ਉਹਨੇ ਜਿਹੜਾ ਜੀ ਉਹ ਵਿਆਹ ਕਰਿਆ ਸੀਗਾ, ਔਰ ਵਿਆਹ ਸਤੰਬਰ 2014 ਦੇ ਵਿੱਚ ਇਹ ਵਿਆਹ ਜਿਹੜੀ ਕਰਾਉਣ ਵਾਲੀ ਸਿਮਰਜੀਤ ਕੌਰ ਜਿਹੜੀ ਸੀ ਉਹ ਆਪਣੇ ਨਾਨਕੇ ਪਿੰਡ ਰਹਿ ਰਹੀ ਸੀ, ਜਿਹਦੀ ਕਿ ਸ਼ਰੇਆਮ ਸੜਕ ਦੇ ਉੱਤੇ ਗੋਲੀ ਮਾਰ ਕੇ ਜਿਹੜੀ ਉਹ ਹੱਤਿਆ ਕਰ ਦਿੱਤੀ ਗਈ। ਇਹ ਜਿੰਨਾ ਕੁਛ ਸੁਣ ਰਹੇ ਆ ਨਾ ਜੀ ਪੰਜਾਬ ਦੇ ਵਿੱਚ ਕਿ ਜਿਵੇਂ ਸ਼ਰੇਆਮ ਸੜਕਾਂ ਦੇ ਉੱਤੇ ਹੋ ਰਿਹਾ, ਕਿਸੇ ਟਾਈਮ ਬਿਹਾਰ ਦੇ ਵਿੱਚ ਇਹ ਸਾਰਾ ਕੁਛ ਹੁੰਦਾ ਹੁੰਦਾ ਸੀਗਾ। ਇਹ ਕਿਹਾ ਜਾਂਦਾ ਹੁੰਦਾ ਸੀਗਾ ਕਿ ਬਿਹਾਰ ਦੇ ਵਿੱਚ ਪੂਰੇ ਮੁਲਕ ਭਰ ਦੇ ਵਿੱਚੋਂ ਜਿਹੜੇ ਕ੍ਰਿਮੀਨਲ ਨੇ ਉਹ ਉੱਥੇ ਰਹਿੰਦੇ ਸਨ, ਉਹਨਾਂ ਦੇ ਵਾਸਤੇ ਸਭ ਤੋਂ ਵਧੀਆ ਲੁਕਣਗਾਹ ਜਿਹੜੀ ਸੁਰੱਖਿਅਤ ਲੁਕਣਗਾਹ ਸਮਝੀ ਜਾਂਦੀ ਹੁੰਦੀ ਸੀ, ਪਰ ਅੱਜ ਕੱਲ੍ਹ ਪੰਜਾਬ ਬਣ ਗਿਆ ਜੀ ਇਹ ਸਭ ਕੁਛ। ਸੋ ਇਹੋ ਜਿਹੇ ਹਾਲਾਤ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਹੋ ਗਏ ਕਿ ਓਪਨਲੀ ਸ਼ਰੇਆਮ ਗੋਲੀਆਂ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ। ਇਹ ਕਿਹਾ ਜਾਂਦਾ ਹੈ ਕਿ ਜਿਹੜੇ ਦੇਸੀ ਪਿਸਤੌਲ ਹੈ ਉਹ ਵੈਸੇ ਜਿਹੜੇ ਲਾਇਸੈਂਸ ਵਾਲੇ ਨੇ ਉਹਨਾਂ ਤੋਂ ਵੀ ਕਿਤੇ ਵਧੀਆ, ਕੱਟਾ ਜਿਹਨੂੰ ਕਹਿੰਦੇ ਨੇ ਉਹ ਈਜ਼ੀ ਅਵੇਲੇਬਲ ਨੇ, ਔਰ ਸਭ ਤੋਂ ਵੱਡੀ ਮੰਡੀ ਜਿਹੜੀ ਹੈ ਦੇਸੀ ਪਿਸਤੌਲ ਬਣਾਉਣ ਵਾਲਿਆਂ ਦੀ ਉਹ ਪੰਜਾਬ ਹੀ ਬਣਿਆ ਹੋਇਆ ਜੀ, ਕਿਉਂਕਿ ਕ੍ਰਾਈਮ ਦੇ ਪੱਖੋਂ ਜਿਹੜਾ ਸੂਬਾ ਅੱਗੇ ਵੱਧਦਾ ਉੱਥੇ ਹੀ ਫਿਰ ਸੌਦਾ ਵਿਕਦਾ ਜੀ ਇਹੋ ਜਿਹਾ। ਹਾਂਜੀ ਬਿਲਕੁਲ ਬਿਲਕੁਲ। ਤੇ ਅੱਗੇ ਜੀ ਆਪਾਂ ਗੱਲ ਕਰੀਏ ਕੇਂਦਰੀ ਮੰਤਰੀ ਮੇਨਕਾ ਗਾਂਧੀ ਦੀ, ਉਹ ਪੰਜਾਬ ਦੇ ਡਾਕਟਰਾਂ ਨੂੰ ਕਹਿੰਦੇ ਕਿ ਧਮਕੀਆਂ ਦੇ ਰਹੀ ਆ, ਇਹ ਦੋਸ਼ ਲੱਗ ਰਹੇ ਨੇ ਉਸ ਤੇ। ਐਕਚੁਲੀ ਮੇਨਕਾ ਗਾਂਧੀ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਹਮੇਸ਼ਾ ਜਿਹੜੇ ਜੀ ਉਹ ਚਰਚਿਤ ਰਹਿੰਦੇ ਹੀ ਆ। ਇਹ ਕੁੱਤਿਆਂ ਦੀ ਨਸਬੰਦੀ ਜਿਹੜੀ ਹੋ ਰਹੀ ਆ, ਇਹਦੇ ਇੱਕ NGO ਆ ਉਹਦੇ ਪ੍ਰਧਾਨ ਤੇ ਜਿਹੜਾ ਡਾਕਟਰ ਹੈ ਜੀ ਉਹਨੂੰ ਪ੍ਰੋਜੈਕਟ ਸੰਬੰਧੀ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਗਾਲੀ ਗਲੋਚ ਕੀਤਾ, ਧਮਕੀਆਂ ਦੇਣ ਦਾ ਦੋਸ਼ ਲਾਇਆ। ਪਟਿਆਲੇ ਦੇ ਵਿੱਚ ਇਹ ਸਥਿਤ ਹੈ ਜੀ ਡਾਕਟਰ ਇਮਰਾਨ ਅਲੀ, ਉਹਨੇ ਕਿਹਾ ਕਿ ਜਿਹੜੇ ਮੇਨਕਾ ਗਾਂਧੀ ਨੇ ਉਹਨੂੰ ਆਪਣੇ ਪਰਸਨਲ ਮੋਬਾਈਲ ਫੋਨ ਤੋਂ ਇਹ ਕਿਹਾ ਜੀ ਕਿ ਉਹ ਪਾਕਿਸਤਾਨ ਚੱਲ ਜਾਵੇ। ਉਹਨੇ ਇਹ ਵੀ ਕਿਹਾ ਕਿ ਉਹਦੀ ਵੈਟਰਨਰੀ ਡਾਕਟਰ ਦੀ ਡਿਗਰੀ ਰੱਦ ਕਰਵਾ ਦੇਣ ਦੀ ਧਮਕੀ ਜਿਹੜੀ ਹੈ ਜੀ ਉਹ ਦਿੱਤੀ ਹੈ। ਉਹਨੇ ਜਿਹੜੀ ਇਹ ਅਮਰੀਕਾ ਦੀ ਹੈ ਜੀ ਉਹਦੇ ਉੱਤੇ ਇਹ ਦੋਸ਼ ਲਾਇਆ ਕਿ ਉਹਨੇ ਉਹ ਕਹਿੰਦੀ ਹੈ ਕਿ ਨਸਬੰਦੀ ਪ੍ਰੋਗਰਾਮ ਜਿਹੜਾ ਜੀ ਉਹ ਫੌਰੀ ਤੌਰ ਦੇ ਉੱਤੇ ਬੰਦ ਜਿਹੜਾ ਜੀ ਉਹ ਕਰ ਦਿੱਤਾ ਜਾਵੇ, ਇਹ ਨਸਬੰਦੀ ਜਿਹੜੀ ਹੈ ਉਹ ਕੁੱਤਿਆਂ ਦੀ ਨਾ ਕੀਤੀ ਜਾਵੇ। ਉਹਨੇ ਇਹ ਵੀ ਗੱਲ ਕਹੀ ਹੈ ਜੀ ਕਿ ਜਿਹੜੀ ਮੇਨਕਾ ਗਾਂਧੀ ਸੀਗੀ ਉਹਨੇ ਆਪਣੇ ਫੋਨ ਤੋਂ ਫੋਨ ਕਰਕੇ ਜਿਹੜਾ ਜੀ ਪ੍ਰੋਗਰਾਮ ਬੰਦ ਕਰਾਉਣ, ਪਟਿਆਲੇ ਤੋਂ ਚਲੇ ਜਾਣ ਤੇ ਜੇਲ੍ਹ ਦੇ ਵਿੱਚ ਬੰਦ ਕਰਵਾਉਣ ਦੇ ਧਮਕੀਆਂ ਉਹ ਦਿੱਤੀਆਂ ਨੇ। ਜਦੋਂ ਕਿ ਮੇਨਕਾ ਗਾਂਧੀ ਦੂਜੇ ਪਾਸੇ ਇਹ ਗੱਲ ਕਹਿੰਦੀ ਹੈ ਕਿ ਮੈਂ ਸੰਪਰਕ ਜ਼ਰੂਰ ਕੀਤਾ ਸੀਗਾ, ਤੇ ਉਹਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਉਹਨੂੰ ਇਹ ਕਿਹਾ ਸੀਗਾ ਕਿ ਠੀਕ ਤਰੀਕੇ ਦੇ ਨਾਲ ਕੰਮ ਨਹੀਂ ਹੋ ਰਿਹਾ, ਇਹਨੂੰ ਠੀਕ ਕੀਤਾ ਜਾਵੇ। ਜਦੋਂ ਕਿ ਉਹਨੇ ਕਿਹਾ ਪਾਕਿਸਤਾਨ ਚਲੇ ਜਾਣ ਵਾਲੀ ਜਾਂ ਜਾਨੋ ਮਾਰ ਦੇਣ ਵਾਲੀ ਜਿਹੜੀ ਗੱਲ ਹੈ ਜੀ ਉਹ ਬਿਲਕੁਲ ਗਲਤ ਹੈ, ਉਹਦੇ ਉੱਤੇ ਦੋਸ਼ ਜਿਹੜਾ ਜੀ ਉਹ ਲਾਇਆ ਜਾ ਰਿਹਾ। ਵੈਸੇ ਇਹ ਵੀ ਦੱਸ ਦਈਏ ਕਿ ਜਿਹੜੇ ਕੁੱਤੇ ਨੇ ਜੀ ਬਹੁਤੇ ਉਹ ਹੋਏ ਕਿਉਂ ਨੇ, ਉਹ ਵੀ ਮੇਨਕਾ ਗਾਂਧੀ ਹੋਰਾਂ ਦੀ ਹੀ ਦੇਣ ਹੈ, ਕਿਉਂਕਿ ਉਹਨਾਂ ਨੇ ਜਿਹੜੇ ਕਿਸੇ ਟਾਈਮ ਇਹ ਹੁੰਦਾ ਸੀਗਾ ਮਿਊਨਸਪੈਲਿਟੀਜ਼ ਜਿਹੜੀਆਂ ਸੀ ਇਹਦਾ ਵਾਇਰਾ ਕੁੱਤਿਆਂ ਨੂੰ ਮਾਰ ਦਿੰਦੀਆਂ ਹੁੰਦੀਆਂ ਸੀਗੀਆਂ। ਸੋ ਮੇਨਕਾ ਗਾਂਧੀ ਹੋਰਾਂ ਨੇ ਇਹ ਬੰਦ ਕਰਵਾਇਆ ਹੋਇਆ ਤੇ ਇਸ ਕਰਕੇ ਨਸਬੰਦੀ ਜਿਹੜੀ ਹੈ ਜੀ ਉਹ ਕੁੱਤਿਆਂ ਦੀ ਹੁੰਦੀ ਹੈ। ਸੋ ਉਹਦੇ ਵਿੱਚ ਕਈ ਤਰ੍ਹਾਂ ਦੀ ਘਪਲੇਬਾਜ਼ੀ ਜਿਹੜੀ ਹੈ ਜੀ ਉਹ ਅਕਸਰ ਸੁਣੀ ਦੀ ਰਹੀ ਦੀ ਹੈ ਜੀ, ਪਰ ਮੇਨਕਾ ਗਾਂਧੀ ਹੋਰੀ ਕਿਉਂਕਿ ਜਿਹੜੇ ਅਵਾਰਾ ਕੁੱਤੇ ਨੇ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ,
ਜਦੋਂ ਕਿ ਇਹ ਆਮ ਲੋਕਾਂ ਦੇ ਉੱਤੇ ਫੈਕਟ ਜਿਹੜਾ ਉਹ ਪਾਉਂਦੇ ਨੇ, ਜਦੋਂ ਆਮ ਲੋਕਾਂ ਦੇ ਫੈਕਟ ਪਾਉਂਦੇ ਨੇ ਉਹਨਾਂ ਦੀਆਂ ਕੰਪਲੇਂਟਸ ਕਈ ਹੁੰਦੀਆਂ ਨੇ। ਹੁਣ ਜੇ ਉਹਨਾਂ ਦੀ ਨਸਬੰਦੀ ਹੋਣ ਲੱਗੀ ਸੀ ਤਾਂ ਜਿਹੜੇ ਸੋਨੀਆ ਗਾਂਧੀ ਹੋਰੀ ਨੇ ਉਹਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਗਿਆ ਜੀ ਇਸ NGO ਨੂੰ ਜੀ। ਤੇ ਅੱਗੇ ਜੀ ਇੱਕ ਪੰਜਾਬ ਵਾਲੇ ਕਾਲਾ ਕਾਨੂੰਨ ਪਾਸ ਕਰਵਾਉਣਾ ਚਾਹੁੰਦੇ ਸੀ ਪਰ ਉਹ ਕੇਂਦਰ ਵੱਲੋਂ ਠੁੱਸ ਕਰ ਦਿੱਤਾ ਗਿਆ। ਇਹਨਾਂ ਜੀ ਜਿਹੜਾ ਪੰਜਾਬ ਵਿਧਾਨ ਸਭਾ ਦੇ ਵੱਲੋਂ ਜਨਤਕ ਤੇ ਨਿੱਜੀ ਜਾਇਦਾਦਾਂ ਦੀ ਭੰਨ ਤੋੜ ਰੋਕੂ ਕਾਨੂੰਨ 2014 ਜਿਹਦੇ ਇੱਥੇ ਪੰਜਾਬ ਦੇ ਵਿੱਚ ਕਾਫੀ ਸਾਰੀ ਵਿਰੋਧਤਾ ਵੀ ਜਿਹੜੀ ਉਹ ਹੋ ਰਹੀ ਹੈ। ਇਹ ਕੇਂਦਰੀ ਗ੍ਰਹਿ ਮੰਤਰਾਲੇ ਦੀ ਜਿਹੜੇ ਸਵਾਲਾਂ ਦੀ ਝੜੀ ਹੈ ਉਹਨੇ ਇਹਦੇ ਵਿੱਚ ਅੜਿੱਕਾ ਜਿਹੜਾ ਉਹ ਪਾ ਦਿੱਤਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਧਾਨ ਸਭਾ ਦੇ ਵੱਲੋਂ ਜਿਹੜੇ ਬੀਤੇ ਸਾਲ ਦੇ ਵਿੱਚ ਪਾਸ ਕੀਤਾ ਗਿਆ ਕਾਨੂੰਨ ਦੀ ਬਰੀਕੀ ਦੇ ਨਾਲ ਪੁੱਛਗਿੱਛ ਕਰਦਿਆਂ ਇਹਦੇ ਹਰੇਕ ਨੁਕਤੇ ਦੇ ਉੱਤੇ ਜਵਾਬ ਜਿਹੜਾ ਜੀ ਉਹ ਮੰਗਿਆ। ਗ੍ਰਹਿ ਵਿਭਾਗ ਦੇ ਅਧਿਕਾਰੀਆਂ ਨੇ ਜਿਹੜੇ ਰਾਜ ਦੇ ਗ੍ਰਹਿ ਵਿਭਾਗ ਦੇ ਅਧਿਕਾਰੀ ਨੇ ਜੀ ਉਹਨਾਂ ਨੇ ਹੱਥ ਹਾਲ ਦੀ ਘੜੀ ਖੜੇ ਕਰ ਦਿੱਤੇ ਨੇ। ਜਿਹੜੇ ਕੁਛ ਸੂਤਰ ਨੇ ਉਹਨਾਂ ਦੇ ਮੁਤਾਬਕ ਕੇਂਦਰ ਨੇ ਲਿਖੀ ਗਈ ਚਿੱਠੀ ਦੇ ਵਿੱਚ ਅੰਦੋਲਨਕਾਰੀਆਂ ਦੇ ਵਿਰੁੱਧ ਵੀਡੀਓ ਫਿਲਮ ਨੂੰ ਸਬੂਤ ਵਜੋਂ ਵਰਤੇ ਜਾਣ ਸੰਬੰਧੀ ਵੀਡੀਓ ਦੀ ਪ੍ਰਮਾਣਿਕਤਾ ਸਪਸ਼ਟ ਕਰਨ ਦੇ ਵਾਸਤੇ ਕਿਹਾ। ਇਸ ਚਿੱਠੀ ਨੇ ਸੂਬਾਈ ਗ੍ਰਹਿ ਵਿਭਾਗ ਨੂੰ ਚੱਕਰਾਂ ਦੇ ਵਿੱਚ ਪਾ ਦਿੱਤਾ ਜੀ। ਇਹ ਕਾਨੂੰਨ ਲਾਗੂ ਕਰਨ ਦੇ ਵਾਸਤੇ ਕੇਂਦਰ ਦੀ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਪੰਜਾਬ ਸਰਕਾਰ ਦਾ ਇੱਕ ਸੀਨੀਅਰ ਅਧਿਕਾਰੀ ਜਿਹੜਾ ਜੀ ਉਹ ਕਹਿੰਦਾ ਕਿ ਹਾਂ ਚਿੱਠੀ ਜਿਹੜੀ ਆਈ ਹੈ ਰਾਜ ਸਰਕਾਰ ਦੇ ਵੱਲੋਂ ਜਵਾਬ ਤਾਂ ਭੇਜਿਆ ਜਾ ਰਿਹਾ ਪਰ ਕਾਨੂੰਨ ਲਾਗੂ ਹੋਣ ਸੰਬੰਧੀ ਹਾਲ ਦੀ ਘੜੀ ਬੇਯਕੀਨੀ ਜਿਹੜੀ ਹੈ ਜੀ ਉਹ ਬਣੀ ਹੋਈ ਹੈ। ਪੰਜਾਬ ਸਰਕਾਰ ਨੇ 2014 ਦੇ ਵਿੱਚ ਇਹਨੂੰ ਕਾਨੂੰਨ ਦੇ ਤਹਿਤ ਗ੍ਰਹਿ ਮੰਤਰਾਲੇ ਨੇ ਨਿੱਜੀ ਤੇ ਜਨਤਕ ਜਾਇਦਾਦਾਂ ਦੀ ਜਿਹੜੀ ਸਥਿਤੀ ਸਪਸ਼ਟ ਕਰਨ ਦੇ ਵਾਸਤੇ ਕਿਹਾ ਸੀਗਾ। ਐਕਚੁਲੀ ਇਹ ਹੈ ਕਿ ਜੇ ਕੋਈ ਵਿਅਕਤੀ ਐਜੀਟੇਸ਼ਨ ਜਿਹੜੀ ਹੈ ਉਹ ਕਰਦਾ ਉਸ ਐਜੀਟੇਸ਼ਨ ਦੀ ਵਜ੍ਹਾ ਕਰਕੇ ਕੋਈ ਨੁਕਸਾਨ ਜਿਹੜਾ ਜੀ ਉਹ ਪਹੁੰਚਦਾ ਇਹਦੇ ਵਿੱਚ ਬੜੀਆਂ ਸਖ਼ਤ ਧਾਰਾਵਾਂ ਜਿਹੜੀਆਂ ਮੌਜੂਦ ਸਨ ਜੀ। ਇੱਕ ਕਿਸਮ ਦੇ ਨਾਲ ਲੋਕਾਂ ਨੂੰ ਜੇ ਕਿਸੇ ਨੇ ਕੋਈ ਰੋਸ ਮੁਜ਼ਾਹਰਾ ਵਗੈਰਾ ਕਰਨਾ ਸਰਕਾਰ ਦੇ ਖਿਲਾਫ ਉਹਦੇ ਰੋਕਣ ਦੇ ਵਾਸਤੇ ਇਹ ਕਾਨੂੰਨ ਜਿਹੜਾ ਉਹ ਪਾਸ ਕੀਤਾ ਗਿਆ ਸੀਗਾ। ਸੋ ਇਹਨੂੰ ਤਾਂ ਕਰਕੇ ਕਾਲਾ ਕਾਨੂੰਨ ਜਿਹੜਾ ਜੀ ਇੱਥੋਂ ਦੀਆਂ ਜਥੇਬੰਦੀਆਂ ਜਿਹੜੀਆਂ ਨੇ ਜੀ ਉਹ ਮਨੁੱਖੀ ਅਧਿਕਾਰਾਂ ਵਾਲੀਆਂ ਉਹ ਹੁੰਦੀਆਂ ਸਰ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਇਹਦਾ ਵਿਰੋਧ ਵੀ ਕੀਤਾ ਸੀਗਾ ਪਰ ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਜਿੱਦ ਹੈ ਇਸ ਕਾਨੂੰਨ ਨੂੰ ਲਿਆਉਣ ਦੇ ਵਾਸਤੇ। ਹੁਣ ਸੈਂਟਰ ਦੀ ਜਿਹੜੀ ਸਰਕਾਰ ਹੈ ਜੀ ਉਹਦੇ ਵੱਲੋਂ ਅੜਿੱਕਾ ਡਾਉਣ ਤੋਂ ਬਾਅਦ ਇਹ ਸ਼ਾਇਦ ਜਿਹੜਾ ਲਾਅ ਬਣਨ ਦੇ ਵਿੱਚ ਅਜੇ ਦੇਰੀ ਹੋਊ ਜੀ। ਜੀ ਤੇ ਜੀ ਇੱਕ ਆਪਾਂ ਇੱਕ ਦੋ ਦਿਨਾਂ ਤੋਂ ਖਬਰ ਆ ਰਹੀ ਹੈ ਕਿ ਕੈਨੇਡਾ ਤੋਂ ਇੱਕ NRI ਹਰਿੰਦਰ ਸਿੰਘ ਗਿਆ ਸੀ ਤਾਂ ਉਸਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਉਸ ਕੇਸ ਬਾਰੇ ਕੀ ਚੱਲ ਰਿਹਾ? ਐਕਚੁਅਲੀ ਜੀ ਦੇਖਣ ਵਾਲੀ ਹੈ ਇਹਦੇ ਵਿੱਚ ਜਿਹੜੀ ਸਭ ਤੋਂ ਅਹਿਮ ਗੱਲ ਉਹ ਇਹ ਹੈ ਕਿ ਜਿਹੜਾ NRI ਸੰਗਤ ਦਰਸ਼ਨ ਕਰਾਇਆ ਸੀ ਤੋਤਾ ਸਿੰਘ ਹੋਰਾਂ ਨੇ ਮੌਕੇ ਦੇ ਵਿੱਚ, ਇਹ ਹਰਿੰਦਰ ਸਿੰਘ ਸਰਾਂ ਉਦੋਂ ਵੀ ਪੇਸ਼ ਹੋਇਆ ਸੀਗਾ ਜੀ ਇਸ NRI ਸੰਗਤ ਦਰਸ਼ਨ ਦੇ ਵਿੱਚ, ਔਰ ਉਹਨੇ ਆਪਣਾ ਇਹ ਸਾਰਾ ਕੇਸ ਜਿਹੜਾ ਉਹ ਰੱਖਿਆ ਸੀਗਾ ਕਿ ਕਿਵੇਂ ਉਹਦੀ ਜਿਹੜੀ ਭਰਜਾਈ ਹੈ ਜੀ ਉਹ ਨਕਲੀ ਵਸੀਅਤ ਦੇ ਨਾਲ ਉਹਦੀ ਜ਼ਮੀਨ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਸੀ ਤੇ ਉਹਨੇ ਅਦਾਲਤ ਦੇ ਵਿੱਚੋਂ ਇਹ ਕੇਸ ਜਿੱਤ ਲਿਆ ਸੀਗਾ ਕਿ ਜਿਹੜੀ ਭਰਜਾਈ ਦੇ ਵੱਲੋਂ ਬਣਾਈ ਹੋਈ ਵਸੀਅਤ ਸੀਗੀ ਉਹ ਗਲਤ ਸੀਗੀ। ਇਹਨੇ ਜਿਹੜੀ ਸੀਗੀ ਜੀ ਇਹ ਐਪਲੀਕੇਸ਼ਨ ਵੀ ਦਿੱਤੀ ਪਰ 5 ਮਹੀਨੇ ਲੰਘ ਗਏ, ਕੋਈ ਕਾਰਵਾਈ ਜਿਹੜੀ ਹੈ ਜੀ ਇਹਦੇ ਉੱਤੇ ਨਹੀਂ ਹੋਈ। ਬਸ ਉਹੀ ਚੀਜ਼ ਜਿਹੜੀ ਸੀ ਇਹ ਹਰਿੰਦਰ ਸਿੰਘ ਸਰਾਂ ਜਿਹੜਾ ਸੀਗਾ ਜੀ ਉਹਦੀ ਮੌਤ ਦਾ ਕਾਰਨ ਬਣ ਗਈ, ਜਿਹੜਾ ਕਿ ਇੱਥੇ ਆਪਣੀ ਜ਼ਮੀਨ ਜਿਹੜੀ ਸੀਗੀ ਉਹਨੂੰ ਵੇਖਣ ਦੇ ਵਾਸਤੇ ਆਇਆ ਸੀਗਾ, ਉਹਦੀ ਭਰਜਾਈ ਨੇ ਕੁਝ ਬੰਦਿਆਂ ਨਾਲ ਲੈ ਕੇ ਜਿਹੜਾ ਜੀ ਉਹਦਾ ਕਤਲ ਜਿਹੜਾ ਜੀ ਉਹ ਕਰ ਦਿੱਤਾ। ਔਰ ਹੁਣ ਜਿਹੜੀਆਂ ਉਹਦੀਆਂ ਭੈਣਾਂ ਸਨ ਇੱਥੇ ਆਈਆਂ ਹੋਈਆਂ ਸਨ ਉਹਦੀ ਵਜ੍ਹਾ ਕਰਕੇ ਉਹਨਾਂ ਦੇ ਦਬਾਅ ਪੈਣ ਕਰਕੇ ਸੋਸ਼ਲ ਮੀਡੀਆ ਜਿਹੜਾ ਜੀ ਉਹਦੇ ਉੱਤੇ ਇਹਦਾ ਵਾਹਵਾ ਰੌਲਾ ਜਿਹੜਾ ਜੀ ਉਹ ਪੈਣ ਕਰਕੇ ਪੁਲਿਸ ਨੇ ਹੁਣ ਮਾਮਲਾ ਜਿਹੜਾ ਜੀ ਉਹ ਦਰਜ ਕਰ ਲਿਆ। ਔਰ ਇਹਦੇ ਵਿੱਚ ਉਹਦੀ ਜਿਹੜੀ ਭਰਜਾਈ ਹੈ ਤੇ 3 ਹੋਰ ਲੋਕ ਜਿਹੜੇ ਨੇ ਉਹਨਾਂ ਦੇ ਖਿਲਾਫ਼ ਇੱਕ ਜਾਲਸਾਜ਼ੀ ਦਾ ਕੇਸ ਜਿਹੜਾ ਉਹ NRI ਥਾਣੇ ਦੇ ਵਿੱਚ ਦਰਜ ਕੀਤਾ ਗਿਆ। ਇਹ ਜਾਲਸਾਜ਼ੀ ਦਾ ਕੇਸ ਹੁਣ ਇਹ ਦਰਜ ਕੀਤਾ ਗਿਆ ਜੀ ਕਿ ਉਹਦੀ ਭਰਜਾਈ ਨੇ ਗਲਤ ਜਿਹੜੀ ਸੀ ਉਹ ਵਸੀਅਤ ਬਣਾਈ ਔਰ ਗਲਤ ਵਸੀਅਤ ਬਣਾ ਕੇ ਇਹ ਜਿਹੜਾ ਸੀਗਾ ਜੀ ਉਹਨੇ ਜ਼ਮੀਨ ਆਪਣੇ ਨਾਂ ਹਥਿਆਈ। ਇਹੀ ਕੰਮ ਜੇਕਰ ਪਹਿਲਾਂ ਕੀਤਾ ਹੁੰਦਾ ਤਾਂ ਇਹ ਹਰਿੰਦਰ ਸਿੰਘ ਸਰਾਂ ਦੀ ਜਿਹੜੀ ਉਹ ਜਾਨ ਬਚ ਸਕਦੀ ਸੀ, ਪਰ ਮੁਸ਼ਕਲ ਜਿਹੜੀ ਸਭ ਤੋਂ ਵੱਡੀ ਇੱਥੇ ਪੰਜਾਬ ਦੇ ਵਿੱਚ ਉਹ ਇਹ ਹੈ ਜੀ ਕਿ ਜਿਹੜਾ ਇਹ ਭੂਮੀ ਮਾਫੀਆ ਬੇਸ਼ੱਕ ਇਹ ਰਿਸ਼ਤੇਦਾਰੀ ਦਾ ਮਾਮਲਾ ਸੀਗਾ ਪਰ ਕੋਈ ਤੁਸੀਂ ਲਾ ਲਓ ਪਿੱਛੇ ਕਿਤੇ ਨਾ ਕਿਤੇ ਜਿਹੜੇ ਸਿਆਸੀ ਲੋਕ ਨੇ ਉਹ ਹੈਗੇ ਨੇ ਇਹਦੇ। ਮੈਂ 2 ਦਿਨ ਪਹਿਲਾਂ ਇੱਕ ਖਬਰ ਸਾਂਝੀ ਕੀਤੀ ਸੀਗੀ ਕਿ ਇੱਥੇ ਪੰਜਾਬ ਦੇ ਵਿੱਚ ਮਾਛੀਵਾੜੇ ਦੇ ਨੇੜੇ ਭੂਮੀ ਮਾਫੀਆ ਪੂਰੇ ਦਾ ਪੂਰਾ ਪਿੰਡ ਹੀ ਵੇਚ ਗਿਆ ਜੀ, ਉਹ ਵੀ 2 ਲੱਖ ਰੁਪਏ ਚ ਪਿੰਡ ਦੀਆਂ ਗਲੀਆਂ ਵੀ ਵੇਚ ਦਿੱਤੀਆਂ, ਪਿੰਡ ਦੀਆਂ ਮੜੀਆਂ ਵੀ ਜਿਹੜੀਆਂ ਸੀਗੀਆਂ ਉਹ ਵੇਚ ਦਿੱਤੀਆਂ, ਕਾਗਜ਼ਾਂ ਦੇ ਵਿੱਚ ਰਜਿਸਟਰੀ ਵੀ ਹੋ ਗਈ ਉਹਦੀ, ਉਹਦਾ ਇੰਤਕਾਲ ਜਿਹੜਾ ਸੀਗਾ ਉਹ ਵੀ ਹੋ ਗਿਆ ਸਾਰਾ ਕੁਛ। ਭੂਮੀ ਮਾਫੀਆ ਜਦੋਂ ਇੰਨਾ ਸਟਰੋਂਗ ਹੈ ਇੱਥੇ ਕਿ ਉਹ ਪਿੰਡ ਹੀ ਵੇਚ ਦਿੰਦਾ ਗਲੀਆਂ ਵੀ ਵੇਚ ਦਿੰਦਾ ਤੇ ਪ੍ਰਵਾਸੀ ਭਾਰਤੀ ਜਿਹੜੇ ਨੇ ਜੀ ਉਹ ਤਾਂ ਸੌਫਟ ਟਾਰਗੇਟ ਨੇ ਉਹਨਾਂ ਦੇ ਵਾਸਤੇ ਜੀ, ਉਹਨਾਂ ਨੂੰ ਤਾਂ ਜਦੋਂ ਮਰਜ਼ੀ ਜਿਹੜਾ ਜੀ ਇਹ ਮਰੋੜ ਲੈਣ ਲੋਕ। ਤੇ ਅੱਗੇ ਗੱਲ ਕਰਦੇ ਜੀ ਪੰਜਾਬ ਦੇ ਵਿੱਚ ਕਹਿੰਦੇ ਗਊਆਂ ਖਰੀਦਣ ਤੇ ਪਾਬੰਦੀ ਲਾ ਦਿੱਤੀ ਆ, ਜਿਹੜੇ ਬਾਹਰ ਦੇ ਵਪਾਰੀ ਆ ਇਹਦੇ ਪਿੱਛੇ ਕੀ ਕਹਾਣੀ ਹੈ?
ਇਹਦੀ ਐਕਚੁਲੀ ਪੰਜਾਬ ਦੇ ਵਿੱਚ ਹੁਣ ਜਿਹੜੇ ਬਾਹਰਲੇ ਵਪਾਰੀ ਨੇ ਉਹ ਗਾਵਾਂ ਨਹੀਂ ਖਰੀਦ ਸਕਦੇ। ਪੰਜਾਬ ਜਿਹੜਾ ਗਊ ਸੇਵਾ ਕਮਿਸ਼ਨ ਹੈ ਉਹਨੇ ਸੂਬੇ ਤੋਂ ਬਾਹਰ ਗਾਵਾਂ ਭੇਜਣ ਦੇ ਉੱਤੇ ਮੁਕੰਮਲ ਰੋਕ ਜਿਹੜੀ ਆ ਲਾਤੀ ਹੈ। ਕਮਿਸ਼ਨ ਦਾ ਚੇਅਰਮੈਨ ਜਿਹੜਾ ਕੀਮਤੀ ਭਗਤ ਉਹਨੇ ਇਹ ਗੱਲ ਕਹੀ ਹੈ ਜੀ ਕਿ ਕਮਿਸ਼ਨ ਨੇ ਗਵਰਨਿੰਗ ਬਾਡੀ ਦੇ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ। ਕਈ ਸੂਬਿਆਂ ਦੇ ਵਿੱਚ ਸਰਕਾਰਾਂ ਨੇ ਪੰਜਾਬ ਤੋਂ ਗਾਵਾਂ ਖਰੀਦਣ ਲਈ ਕਿਸਾਨਾਂ ਨੂੰ ਰਿਆਇਤੀ ਕਰਜ਼ੇ ਦੇਣ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਹੋਇਆ। ਹੁਣ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਨੂੰ ਹੁਕਮ ਜਿਹੜਾ ਜੀ ਉਹ ਇਸ ਸੰਬੰਧ ਦੇ ਵਿੱਚ ਜਿਹੜਾ ਉਹ ਦਿੱਤਾ ਗਿਆ ਕਿ ਜਿਹੜੇ ਸੂਬੇ ਦੇ ਲਈ ਗਾਵਾਂ ਜਿਹੜੀਆਂ ਲੈ ਕੇ ਜਾਣ ਦੇ ਮਾਮਲੇ ਦੇ ਵਿੱਚ ਕਿਸੇ ਨੂੰ ਸਰਟੀਫਿਕੇਟ ਜਾਰੀ ਨਾ ਕੀਤਾ ਜਾਵੇ। ਸਰਕਾਰ ਜੇ ਦੂਜੇ ਸੂਬੇ ਨੂੰ ਗਾਵਾਂ ਦੇਣਾ ਚਾਹੇ ਤਾਂ ਮੁੱਖ ਮੰਤਰੀ ਦੇ ਹੁਕਮ ਦੇ ਉੱਤੇ ਇੱਦਾਂ ਦਾ ਜਿਹੜਾ ਸੰਭਵ ਹੋ ਸਕਦਾ ਹੈ। ਸਰਟੀਫਿਕੇਟ ਲੈਣ ਦੀ ਪ੍ਰਕਿਰਿਆ ਉਹ ਬੜੀ ਟਾਈਟ ਕਰਤੀ ਗਈ ਹੈ। ਜਿਹੜੇ ਵੈਟਰਨਰੀ ਡਾਕਟਰ ਸੀਗੇ ਪਹਿਲਾਂ ਦੁੱਧ ਵਾਲਾ ਪਸ਼ੂ ਹੋਣ ਦਾ ਜਿਹੜਾ ਸਰਟੀਫਿਕੇਟ ਸੀ ਉਹ ਦੇ ਦਿੰਦੇ ਸੀਗੇ, ਪਰ ਹੁਣ ਇਹ ਹੱਕ ਜਿਹੜੇ ਡਿਪਟੀ ਕਮਿਸ਼ਨਰਾਂ ਨੂੰ ਜਿਹੜੇ ਆ ਉਹ ਦਿੱਤੇ ਗਏ ਆ ਜੀ। ਜਿਹੜਾ ਪੰਜਾਬ ਗਊ ਸੇਵਾ ਕਮਿਸ਼ਨ ਹੈ ਉਹਨੂੰ ਇਹ ਅਧਿਕਾਰ ਨੇ ਕਿ ਉਹ ਕਿਸੇ ਵੀ ਜਿਹੜਾ ਵਹੀਕਲ ਹੈ ਜਾਂ ਘਰ ਜਾਂ ਵਾਲੇ ਦੇ ਵਿੱਚ ਚੈੱਕ ਕਰ ਸਕਦੇ ਨੇ, ਤਸੱਲੀ ਹੋਏ ਬਿਨਾਂ ਇਹਨੂੰ ਰੋਕ ਕੇ ਰੱਖ ਸਕਦੇ ਨੇ ਜੀ। ਐਕਚੁਲੀ ਹੋਇਆ ਇਹ ਆ ਜੀ ਕਿ ਇਹਦੇ ਪਿੱਛੇ ਕਿ ਇੱਕ ਅੱਧੇ ਸੂਏ ਤੋਂ ਬਾਅਦ ਉਹਨਾਂ ਨੂੰ ਮੀਟ ਪਲਾਂਟਾਂ ਦੇ ਕੋਲ ਜਿਹੜਾ ਉਹ ਵੇਚ ਦਿੰਦੇ ਸਨ ਜਿਹੜੀਆਂ ਜੀ ਇਹ ਗਾਵਾਂ। ਗਾਵਾਂ ਦੇ ਉੱਤੇ ਜਿਹੜਾ ਜੀ ਕੁਛ ਜਿਹੜੇ ਸੂਬੇ ਨੇ ਉਹ ਬੈਂਕਾਂ ਦੇ ਕਰਜ਼ੇ ਵੀ ਜਿਹੜੇ ਉਹ ਦਿੰਦੇ ਨੇ, ਤੋ ਪਹਿਲਾਂ ਇਹ ਪਸ਼ੂ ਜਿਹੜਾ ਸੀਗਾ ਜੀ ਉਹਨੂੰ ਮਨਜ਼ੂਰ ਕਰਾ ਲਿਆ ਜਾਂਦਾ, ਉਹਦਾ ਕਰਜ਼ਾ ਜਿਹੜਾ ਉਹ ਲੈ ਲਿਆ ਜਾਂਦਾ ਇਹ ਜਿਹੜੀਆਂ ਸੀਗੀਆਂ, ਤੇ ਮੁੜ ਕੇ ਉਹ ਕਰਜ਼ਾ ਲੈ ਕੇ ਉਹਨੂੰ ਅੱਗੇ ਜਿਹੜਾ ਸੀ ਮੀਟ ਪਲਾਂਟ ਨੂੰ ਵੇਚ ਦਿੰਦੇ ਸੀਗੇ, ਭਾਵ ਕਿ ਦੋਹਰਾ ਜਿਹੜਾ ਮੁਨਾਫਾ ਸੀਗਾ ਇਹਦੇ ਉੱਤੇ ਕਮਾਉਂਦੇ ਸੀ, ਜਿਹਦੀ ਵਜ੍ਹਾ ਕਰਕੇ ਉਹ ਪੰਜਾਬ ਦੇ ਵਿੱਚ ਗਾਵਾਂ ਅਵਾਰਾ ਜਾਂ ਦੂਜੀਆਂ ਜਿਹੜੀਆਂ ਉਹ ਫਿਰ ਬਹੁਤ ਰਹੀਆਂ ਨੇ। ਸੋ ਇਹ ਇੱਕ ਧੰਦਾ ਜਿਹੜਾ ਸੀਗਾ ਉਹ ਚਲਾਇਆ ਹੋਇਆ ਸੀਗਾ, ਬਣਾਇਆ ਹੋਇਆ ਸੀਗਾ ਕੁਛ ਲੋਕਾਂ ਨੇ, ਉਹਦੀ ਵਜ੍ਹਾ ਕਰਕੇ ਇਹਦੇ ਉੱਤੇ ਪਾਬੰਦੀ ਜਿਹੜੀ ਆ ਜੀ ਉਹ ਲੱਗੀ ਜੀ। ਤੇ ਅੱਗੇ ਕੇਂਦਰ ਤੇ ਜੰਮੂ ਕਸ਼ਮੀਰ ਦੀ ਸਰਕਾਰ ਦੀ ਗੱਲ ਕਰਦੇ ਹਾਂ ਜੀ, ਇਹ ਹੁਣ ਫਿਰ ਦੁਬਾਰਾ ਮੂੰਹ ਸਾਹਮਣੇ ਹੋ ਗਿਆ। ਐਕਚੁਲੀ ਇੱਕ ਵੱਖਵਾਦੀ ਆਗੂ ਇਹਦੀ ਮਸਰਤ ਆਲਮ ਉਹਦੇ ਤੋਂ ਲੈ ਕੇ ਹੁਣ ਇਹ ਜਿਹੜਾ ਮਾਮਲਾ ਜੀ ਫੇਰ ਭਖਿਆ। ਮਸਰਤ ਆਲਮ ਨੇ ਜਿਹੜਾ ਸੀਗਾ ਜੀ ਪਾਕਿਸਤਾਨ ਦੇ ਨਾਰੇ ਜਿਹੜੇ ਉਹ ਲਾਏ ਸ੍ਰੀਨਗਰ ਦੇ ਵਿੱਚ, ਪਾਕਿਸਤਾਨ ਦਾ ਝੰਡਾ ਜਿਹੜਾ ਸੀਗਾ ਉਹ ਲਹਿਰਾਇਆ। ਇਹ ਜਿਹੜੀ ਵੀਡੀਓ ਸੀਗੀ ਸਾਹਮਣੇ ਆਉਣ ਤੋਂ ਬਾਅਦ ਇੱਥੇ ਬਹੁਤ ਰੌਲਾ ਜਿਹੜਾ ਜੀ ਮੀਡੀਆ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਪਿਆ। ਜਿਹੜੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ ਮੁਫਤੀ ਮੁਹੰਮਦ ਸਈਦ ਹੁਰੀ, ਉਹਨਾਂ ਨੇ ਇਹਦੇ ਉੱਤੇ ਕੋਈ ਸਖ਼ਤ ਐਕਸ਼ਨ ਨਹੀਂ ਲਿਆ। ਇਹ ਕਿਹਾ ਜੀ ਕਾਨੂੰਨ ਆਪਣਾ ਜਿਹੜਾ ਜੀ ਉਹ ਕੰਮ ਕਰੂਗਾ। ਜਦੋਂ ਮਾਮਲਾ ਜ਼ਿਆਦਾ ਭੱਕ ਗਿਆ ਤਾਂ ਕੇਂਦਰੀ ਮੰਤਰੀ ਜਿਹੜੇ ਰਾਜਨਾਥ ਸਿੰਘ ਹੁਰੀ ਨੇ ਜੀ ਉਹਨਾਂ ਨੇ ਮੁਫਤੀ ਨੂੰ ਫੋਨ ਕਰਕੇ ਜਿਹੜੀ ਆ ਜੀ ਇਹ ਗੱਲ ਕਹੀ ਹੈ ਕਿ ਪੂਰੀ ਦੀ ਪੂਰੀ ਰਿਪੋਰਟ ਜਿਹੜੀ ਆ ਜੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੀ ਜਾਵੇ, ਇਹ ਵੀ ਦੱਸਿਆ ਜਾਵੇ ਕਿ ਇਹਦੇ ਉੱਤੇ ਕੀ ਕਾਰਵਾਈ ਜਿਹੜੀ ਆ ਜੀ ਉਹ ਕੀਤੀ ਹੈ। ਹੁਣ ਜਿਹੜਾ ਜੀ ਇੰਨੇ ਘੰਟੇ ਬੀਤ ਜਾਣ ਤੋਂ ਬਾਅਦ ਜਿਹੜੀ ਜੰਮੂ ਕਸ਼ਮੀਰ ਦੀ ਸਰਕਾਰ ਹੈ ਉੱਥੋਂ ਦੇ ਮੁੱਖ ਮੰਤਰੀ ਜਿਹੜੇ ਨੇ ਜੀ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਇਹਦੇ ਸਖ਼ਤ ਕਾਨੂੰਨੀ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਇਹ ਵੀ ਕਿਹਾ ਜਾ ਰਿਹਾ ਕਿ ਮਸਰਤ ਆਲਮ ਜਿਹੜਾ ਜੀ ਉਹਦੀ ਗ੍ਰਿਫਤਾਰੀ ਕਿਸੇ ਸਮੇਂ ਵੀ ਹੋ ਸਕਦੀ ਹੈ। ਦੂਜੇ ਪਾਸੇ ਪਾਕਿਸਤਾਨ ਦਾ ਝੰਡਾ ਲਹਿਰਾਉਣ ਵਾਲਾ ਜਿਹੜਾ ਮਸਰਤ ਆਲਮ ਹੈ ਉਹ ਵੀ ਕੁਛ ਠੰਡਾ ਇਸ ਮਾਮਲੇ ਉੱਤੇ ਪੈ ਗਿਆ, ਕਿਉਂਕਿ ਉਹਨੂੰ ਪਤਾ ਹੈ ਕਿ ਇਹ ਮਾਮਲਾ ਹੁਣ ਭੱਕ ਗਿਆ ਤੇ ਉਹਨੂੰ ਚੁੱਕ ਕੇ ਜੇਲ੍ਹ ਦੇ ਵਿੱਚ ਸੁੱਟਣਗੇ। ਉਹਨੇ ਇਹ ਗੱਲ ਕਹੀ ਹੈ ਕਿ ਮੈਂ ਉੱਥੇ ਝੰਡਾ ਨਹੀਂ ਲਹਿਰਾਇਆ, ਝੰਡਾ ਜਿਹੜਾ ਸੀਗਾ ਕਿਸੇ ਹੋਰ ਨੇ ਲਹਿਰਾਇਆ ਸੀਗਾ, ਉਹਦਾ ਜ਼ਿੰਮੇਵਾਰ ਮੈਂ ਨਹੀਂ ਹੈ। ਪਾਕਿਸਤਾਨ ਦੇ ਨਾਰੇ ਲਾਉਣ ਦੇ ਵਾਸਤੇ ਉਹਨੇ ਕੋਈ ਜਵਾਬ ਜਿਹੜਾ ਜੀ ਇਸ ਮਸਲੇ ਦੇ ਉੱਤੇ ਨਹੀਂ ਦਿੱਤਾ। ਇਹ ਲਗਾਤਾਰ ਚੌਥੀ ਵਾਰੀ ਹੈ ਜੀ ਜਦੋਂ ਮੁਫਤੀ ਉਹਨਾਂ ਦੀ ਸਰਕਾਰ ਤੇ ਕੇਂਦਰ ਜਿਹੜਾ ਜੀ ਉਹ ਆਮੋ ਸਾਹਮਣੇ ਹੋਇਆ ਕਿਸੇ ਨਾ ਕਿਸੇ ਇਸ਼ੂਜ਼ ਜਿਹੜਾ ਜੀ ਉਹ ਲੈ ਕੇ ਉਹਨੂੰ। ਅਜੇ ਜਮਾ ਜਮਾ ਮਹੀਨਾ ਡੇਢ ਮਹੀਨਾ ਜਿਹੜਾ ਜੀ ਉਹ ਸਾਰਾ ਸਰਕਾਰ ਬਣੀ ਨੂੰ ਹੋਇਆ ਤੇ ਇਹਦੇ ਦੌਰਾਨ ਹੀ ਇੰਨੀ ਵਾਰੀ ਜਿਹੜੇ ਵਿਵਾਦ ਨੇ ਉਹ ਕੇਂਦਰ ਦੇ ਨਾਲ ਉਹਦੇ ਬਣ ਰਹੇ ਨੇ। ਸਰਕਾਰ ਕਿਹੜੇ ਤਰੀਕੇ ਦੇ ਨਾਲ ਕਿਵੇਂ ਜਿਹੜਾ ਜੀ ਉਹ ਚੱਲੂਗੀ ਲੰਮੇ ਸਮੇਂ ਦੇ ਵਾਸਤੇ, ਇਹ ਸਵਾਲੀਆ ਚਿੰਨ ਵੱਡਾ ਜਿਹੜਾ ਜੀ ਉਹ ਲੱਗਿਆ ਹੈ। ਹਾਂਜੀ ਬਿਲਕੁਲ, ਖਟਾਸ ਪਹਿਲਾਂ ਹੀ ਹੋ ਗਈ ਤੇ ਅਖੀਰ ਵਿੱਚ ਅੱਜ ਨਵਾਂ ਕਿ ਮਿਲ ਕੇ ਬੈਠੇ ਜੋ ਆਗੂ ਮੁਲਾਇਮ ਸਿੰਘ ਆ ਚੁਣਿਆ ਉਹਨਾਂ ਹੁਣ ਤੈਨੂੰ ਪ੍ਰਧਾਨ ਬੇਲੀ, ਮਿਲ ਕੇ ਬੈਠੇ ਜੋ ਆਗੂ ਮੁਲਾਇਮ ਸਿੰਘ ਆ ਚੁਣਿਆ ਉਹਨਾਂ ਹੁਣ ਤੈਨੂੰ ਪ੍ਰਧਾਨ ਬੇਲੀ, ਆਪਸ ਵਿੱਚ ਸੁਭਾਅ ਨੀ ਮਿਲਣ ਬੇਲੀ, ਵੇਖੀਏ ਉਹ ਖੱਬੀ ਖਾਂ ਬੇਲੀ, ਆਇਆ ਲਾਲੂ ਤੇ ਨਾਲ ਨਿਤਿਸ਼ ਵੀ ਹੈ ਭਿੜਦੇ ਰਹਿਣ ਇਹ ਦੋ ਭਲਵਾਨ ਬੇਲੀ, ਆਇਆ ਜੇਲੋਂ ਚਟਾਲਾ ਨਾ ਬਾਹਰ ਹਾਲੇ ਰੱਖਣਾ ਉਹਦੇ ਲਈ ਪੈਣਾ ਸਥਾਨ ਬੇਲੀ, ਮੁੜ ਕੇ ਟੱਬਰ ਇਹ ਜਿੱਦਾਂ ਦਾ ਜੁੜਨ ਲੱਗਾ ਜੁੜ ਜੁੜ ਖਿਲਰ ਨਾ ਟੱਬਰ ਨੂੰ ਆਮਦਾ ਈ, ਮੁੜ ਕੇ ਟੱਬਰ ਇਹ ਜਿੱਦਾਂ ਦਾ ਜੁੜਨ ਲੱਗਾ ਜੁੜ ਜੁੜ ਖਿਲਰ ਨਾ ਟੱਬਰ ਨੂੰ ਆਮਦਾ ਈ, ਉਧਰ ਮੋਦੀ ਦਾ ਮਿੱਤਰ ਸਰਗਰਮ ਹੋਇਆ ਮੁੜ ਮੁੜ ਚੱਕਰ ਬਿਹਾਰ ਵੱਲ ਲਾਉਂਦਾ ਈ। ਥੈਂਕ ਯੂ ਜੀ, ਧੰਨਵਾਦ ਬਲਤੇਜ ਪੰਨੂ ਜੀ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਪੰਜਾਬ ਤੇ ਭਾਰਤ ਦੀਆਂ ਖਬਰਾਂ ਦੇ ਪਿੱਛੇ ਕੀ ਹੁੰਦਾ ਉਹ ਸਾਡੇ ਨਾਲ ਗੱਲਬਾਤ ਕਰਦੇ ਨੇ। ਹੁਣ ਮੈਨੂੰ ਵੀ ਦਿਓ ਇਜਾਜ਼ਤ, ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਹੈ।